चैनल ते। अज दी वीडियो दे विच असीं गल करांगे कि रीचेबूटा दे नाल असीं फिर टेस्ट दे सकदे हां, असीं लाइसेंस दा जिहड़ा प्रोसेस है ओह कर सकदे हां कि नहीं। ਇਹ ਇੱਕ ਬੜਾ ਕੋਮਨ ਕੁਐਸਚਨ ਹੈ ਜਿਹੜੇ ਸਾਡੇ ਸਟੂਡੈਂਟਸ ਜਾਂ ਜਿਹੜੇ ਸਾਡੇ ਪੇਜ ਦੇ ਫੋਲੋਅਰਸ ਨੇ ਉਹ ਸਾਨੂੰ ਪੁੱਛਦੇ ਆ ਕਿ ਮੇਰੀ ਜਿਹੜੀ ਸਜੋਰਨੋ ਹੈ ਉਹ ਐਕਸਪਾਇਰ ਹੋ ਰਹੀ ਹੈ ਜਾਂ ਮੈਂ ਉਹ ਰਿਨਿਊਅਲ ਵਾਸਤੇ ਦਿੱਤੀ ਹੋਈ ਹੈ, ਮੈਂ ਕੀ ਰੀਚੇਬੂਟਾ ਪੁਸਤਕਾਲੇ ਦੇ ਨਾਲ ਆਪਣੀ ਥਿਊਰੀ ਦਾ ਐਗਜ਼ਾਮ ਜਾਂ ਡਰਾਈਵਿੰਗ ਦਾ ਐਗਜ਼ਾਮ ਦੇ ਸਕਦਾ ਕਿ ਨਹੀਂ। ਸੋ ਇਸ ਕੁਐਸਚਨ ਦਾ ਜਵਾਬ ਜਾਣਨ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਇਟਾਲੀਅਨ ਲੋਅ ਹੈ, ਕਾਨੂੰਨ ਹੈ, ਉਹ ਇਹਦੇ ਬਾਰੇ ਕੀ ਕਹਿੰਦਾ ਹੈ। ਸੋ ਇਸੇ ਵਾਸਤੇ ਅਸੀਂ ਮਿਨੀਸਟੇਰੋ ਦੇ ਲਈ ਇਨਫਰਾਸਟਰਕਚਰੇ ਇਹਦਾ ਟਰਾਂਸਪੋਰਟ ਦੀ ਮਤਲਬ ਜਿਹੜਾ ਇੱਥੇ ਦਾ ਟਰਾਂਸਪੋਰਟ ਮੰਤਰਾਲਾ ਹੈ, ਮਿਨਿਸਟਰੀ ਆਫ ਟਰਾਂਸਪੋਰਟ ਐਂਡ ਇਨਫਰਾਸਟਰਕਚਰ, ਉਸ ਦੀ ਜਿਹੜੀ ਲੋ ਹੈ ਜਿਹੜੀ ਅਸੀਂ ਰੈਫਰ ਕਰਦੇ ਹੈਗੇ ਇਸ ਕੇਸ ਦੇ ਵਿੱਚ 2015 ਦੀ ਲੋ ਨੂੰ, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਰਮੈਸੋ ਦੀ ਸਜੋਰਨੋ ਜਿਹਦੇ ਕੋਲ ਹੈ ਉਹ ਦੋ ਤਰ੍ਹਾਂ ਦਾ ਪ੍ਰੋਸੈਸ ਹੈ ਉਹਨਾਂ ਦੇ ਵਾਸਤੇ। ਸੋ ਪਹਿਲਾ ਪ੍ਰੋਸੈਸ ਇਹ ਹੈ ਕਿ ਜੇਕਰ ਤੁਸੀਂ ਇਜ਼ਾਮੇ ਦੀ ਥਿਊਰੀਆ ਦੇਣਾ ਚਾਹੁੰਦੇ ਹੋ, ਸੋ ਉਹਨਾਂ ਦੇ ਵਾਸਤੇ ਪਰਮੈਸੋ ਦੀ ਸਜੋਰਨੋ ਜ਼ਰੂਰੀ ਨਹੀਂ ਹੈਗੀ ਹੈ ਦਿਖਾਉਣੀ। ਸੋ ਜਦੋਂ ਤੁਸੀਂ ਥਿਊਰੀ ਦਾ ਐਗਜ਼ਾਮ ਦੇ ਰਹੇ ਹੋ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਮੰਨਿਆ ਜਾਂਦਾ ਕਿ ਤੁਸੀਂ ਪਰਮੈਸੋ ਦੀ ਸਜੋਰਨੋ ਨੂੰ ਸਬਮਿਟ ਕਰੋ, ਪਰ ਜਦੋਂ ਤੁਸੀਂ ਡਰਾਈਵਿੰਗ ਦਾ ਟੈਸਟ ਦੇਣਾ ਹੈਗਾ, ਸੋ ਵੀਜ਼ੇ ਦਾ ਟੈਸਟ ਦੇਣਾ ਹੈਗਾ, ਉਸ ਕੇਸ ਦੇ ਵਿੱਚ ਪਰਮੈਸੋ ਦੀ ਸਜੋਰਨੋ ਤੁਹਾਡੇ ਕੋਲ ਹੋਣੀ ਇੰਪੋਰਟੈਂਟ ਹੈ ਔਰ ਇਹ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਸ਼ੋਅ ਕਰਨੀ ਕੰਪਲਸਰੀ ਹੈ। ਜੇਕਰ ਤੁਸੀਂ ਡਰਾਈਵਿੰਗ ਦੇ ਟੈਸਟ ਤੋਂ ਪਹਿਲਾਂ ਆਪਣੀ ਪਰਮੈਸੋ ਦੀ ਸਜੋਰਨੋ ਨਹੀਂ ਦਿਖਾਉਂਗੇ ਤਾਂ ਫਿਰ ਤੁਸੀਂ ਐਗਜ਼ਾਮ ਦੇ ਵਿੱਚ ਨਹੀਂ ਬੈਠ ਸਕਦੇ ਹੈਗੇ। ਸੋ ਪਹਿਲਾ ਕੇਸ ਕੀ ਹੈ ਕਿ ਜਦੋਂ ਅਸੀਂ ਥਿਊਰੀ ਦਾ ਐਗਜ਼ਾਮ ਕਰਦੇ ਹਾਂ ਉਸ ਕੇਸ ਦੇ ਵਿੱਚ ਪਰਮੈਸੋ ਦੀ ਸਜੋਰਨੋ ਕੰਪਲਸਰੀ ਨਹੀਂ ਹੈ, ਪਰ ਜਦੋਂ ਡਰਾਈਵਿੰਗ ਦਾ ਐਗਜ਼ਾਮ ਕਰਦੇ ਹਾਂ ਕਿ ਉਸ ਕੇਸ ਦੇ ਵਿੱਚ ਪਰਮੈਸੋ ਦੀ ਸਜੋਰਨੋ ਸਾਡੇ ਕੋਲ ਹੋਣਾ, ਫਿਜ਼ੀਕਲੀ ਹੋਣਾ ਇੰਪੋਰਟੈਂਟ ਹੈ ਔਰ ਦਿਖਾਉਣਾ ਐਗਜ਼ਾਮ ਤੋਂ ਪਹਿਲਾਂ ਬੜਾ ਜ਼ਰੂਰੀ ਹੈ, ਅਦਰਵਾਈਜ਼ ਸਾਡਾ ਐਗਜ਼ਾਮ ਜਿਹੜਾ ਉਹ ਕੈਂਸਲ ਕੀਤਾ ਜਾਂਦਾ ਹੈਗਾ। ਦੂਸਰਾ ਕੇਸ ਇਹ ਹੈ ਕਿ ਜੇਕਰ ਮੇਰਾ ਪਰਮੈਸੋ ਦੀ ਸਜੋਰਨੋ ਇਨਫਾਜ਼ੇ ਦੀ ਰਿਨੋਵ ਹੋਇਆ, ਮਤਲਬ ਕਿ ਰਿਨਿਊਅਲ ਵਾਸਤੇ ਹੈ, ਉਸ ਕੇਸ 'ਚ ਲਿਖਿਆ ਸੀ ਪੁਆ ਅਚਿਤਾਰੇ, ਮਤਲਬ ਕਿ ਉਹ ਐਕਸੈਪਟ ਕਰ ਸਕਦੇ ਆ, ਕਮ ਸ਼ੋਰ ਨਹੀਂ ਹੈ ਕਰ ਸਕਦੇ ਹੈਗੇ। ਸੋ ਇਹ ਡਿਪੈਂਡ ਕਰਦਾ ਹੈ ਮੋਟੋਰੀ ਦੱਸਿਓਨੇ ਤੋਂ ਮੋਟੋਰੀ ਦੱਸਿਓਨੇ ਦੇ ਵਿੱਚ ਕਿ ਸੀ ਪੁਆ ਅਚਿਤਾਰੇ ਪਰਮੈਸੋ ਦੀ ਸਜੋਰਨੋ ਸਕਦੂ ਤੋਂ ਦੀਵਾਲੀ ਦੀ ਤਾਂ। ਸੋ ਜਿਹੜੀ ਸਾਡੀ ਐਕਸਪਾਇਰ ਕੀਤੀ ਹੋਈ ਜਿਹੜੀ ਪਰਮੈਸੋ ਦੀ ਸਜੋਰਨੋ ਹੈ ਉਹਨੂੰ ਐਕਸੈਪਟ ਕਰ ਸਕਦੇ ਹੈਗੇ ਆ। ਮਾਂ ਅਕੰਪਾਨਿਆਤੋ ਡਾਲਾ ਰਿਚੇਬੂਟਾ ਪੁਸਤਕਾਲੇ, ਪਰ ਉਹਦੇ ਨਾਲ ਸਾਨੂੰ ਜਿਹੜੀ ਰਿਚੇਬੂਟਾ ਹੈ, ਸੋ ਜਿਹੜੀ ਰਸੀਦ ਹੈ ਉਹ ਨਾਲ ਦਿਖਾਉਣੀ ਜ਼ਰੂਰੀ ਹੈਗੀ ਹੈ। ਇਸ ਪੁਆਇੰਟ ਦੇ ਉੱਪਰ ਅਸੀਂ ਥੋੜ੍ਹੇ ਜਿਹੇ ਸਕੈਪਟੀਕਲ ਹੈਗੇ ਹਾਂ, ਮਤਲਬ ਕਿ ਅਸੀਂ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਅਸੀਂ ਕੁਝ ਮੋਟੋਰੀ ਦੱਸਿਓ ਨੇ ਚਿਬੀਲੇ ਦੇ ਜਿਹੜੇ ਵੈਬਸਾਈਟ ਉਹਨਾਂ ਨੂੰ ਜਾ ਕੇ ਚੈੱਕ ਕੀਤਾ ਹੈਗਾ। ਸੋ ਸਾਰਿਆਂ ਦੇ ਵਿੱਚ ਕਲੀਅਰਲੀ ਮੈਂਸ਼ਨ ਨਹੀਂ ਕੀਤਾ ਜਾਂਦਾ ਹੈਗਾ ਕਿ ਇਸ ਕੇਸ ਦੇ ਵਿੱਚ ਪ੍ਰੋਸੈਸ ਕੀ ਹੈਗਾ ਹੈ। ਫੋਰ ਐਗਜ਼ਾਮਪਲ, ਜੇਕਰ ਅਸੀਂ ਰੋਮਾ ਦਾ ਮੋਟੋਰੀ ਦੱਸਿਓ ਨੇ ਚਿਬੀਲੇ ਦਾ ਵੈਬਸਾਈਟ ਓਪਨ ਕਰੀਏ, ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਦੋਨੋਂ ਹੀ ਐਗਜ਼ਾਮ ਕਰਨੇ ਵਾਸਤੇ ਥਿਊਰੀ ਦਾ ਵੀ ਔਰ ਡਰਾਈਵਿੰਗ ਦਾ ਐਗਜ਼ਾਮ ਵੀ ਤੁਹਾਡੇ ਕੋਲ ਫਿਜ਼ੀਕਲੀ ਪਰਮੈਸੋ ਦੀ ਸਜੋਰਨੋ ਹੋਣਾ ਜ਼ਰੂਰੀ ਹੈ। ਪਰ ਜੇਕਰ ਅਸੀਂ ਬ੍ਰੇਸ਼ਾ ਦਾ ਮੋਟੋਰੀ ਦੱਸਿਓ ਨੇ ਚਿਬੀਲੇ ਦਾ ਵੈਬਸਾਈਟ ਓਪਨ ਕਰਕੇ ਦੇਖੀਏ, ਉਹਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਜੇਕਰ ਤੁਹਾਡੀ ਸਜੋਰਨੋ ਐਕਸਪਾਇਰ ਹੋਈ ਹੈ ਤੁਸੀਂ ਰਿਚੇਬੂਟਾ ਦੇ ਨਾਲ ਸੇਮ ਐਗਜ਼ਾਮ ਕਰ ਸਕਦੇ ਹੈਗੇ ਹਾਂ। ਸੋ ਇਸ ਕੇਸ ਦੇ ਵਿੱਚ ਜਿਹੜੀ ਸਾਡੀ ਰਾਏ ਕੀ ਹੈ ਕਿ ਅਸੀਂ ਇਸ ਵੀਡੀਓ ਦੇ ਨਾਲ ਤੁਹਾਨੂੰ ਜਾਣੂ ਤਾਂ ਕਰਾ ਰਹੇ ਹੈਗੇ, ਤੁਹਾਡੀ ਜਾਣਕਾਰੀ ਦੇ ਰਹੇ ਹਾਂ ਕਿ ਪ੍ਰੋਸੈਸ ਕੀ ਹੋ ਸਕਦਾ, ਪਰ ਇਹਦੀ ਸ਼ੋਰਿਟੀ ਨਹੀਂ ਹੈ ਕਿ ਸਾਰੇ ਹੀ ਜਿਹੜੇ ਮੋਟੋਰੀ ਦੱਸੇ ਨੇ ਚਿਬੀਲੇ ਉਹਨਾਂ ਦੇ ਵਿੱਚ ਅਪਲਾਈ ਕੀਤਾ ਜਾ ਕਰ ਸਕਦਾ ਹੈਗਾ। ਸੋ ਇਸ ਕੇਸ ਦੇ ਵਿੱਚ ਜੇਕਰ ਸਟੂਡੈਂਟ ਇਸ ਤਰ੍ਹਾਂ ਦੀ ਹਾਲਾਤ ਵਿੱਚ ਹੈ, ਇਸ ਤਰ੍ਹਾਂ ਦੀ ਕੰਡੀਸ਼ਨ ਵਿੱਚ ਹੈ, ਬਿਹਤਰ ਆਪਸ਼ਨ ਕੀ ਹੈ ਕਿ ਤੁਸੀਂ ਜਾਂ ਤਾਂ ਉਹਨਾਂ ਦਾ ਡਾਇਰੈਕਟਲੀ ਵੈਬਸਾਈਟ ਚੈੱਕ ਕਰੋ ਜਾਂ ਇੱਕ ਵਾਰ ਪਰਸਨਲੀ ਜਾਂ ਕਾਲ ਕਰਕੇ ਪੂਰੀ ਡੀਟੇਲਸ ਤੁਸੀਂ ਲੈ ਸਕਦੇ, ਕਿਉਂਕਿ ਮੇਨਲੀ ਮੋਟੋਰੀ ਦੱਸਿਆ ਨੇ ਚਿਬੀਲੇ ਦੇ ਵਿੱਚ ਜਿੱਦਾਂ ਇਹ ਚੀਜ਼ਾਂ ਕਈ ਵਾਰ ਮੈਂਸ਼ਨ ਨਹੀਂ ਕੀਤੀਆਂ ਜਾਂਦੀਆਂ ਵੈਬਸਾਈਟ 'ਤੇ। ਸੋ ਤੁਸੀਂ ਬਿਹਤਰ ਹੈ ਕਿ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਮਿਲ ਕੇ ਜਾਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੈਗੇ ਹਾਂ ਕਿ ਮੈਂ ਰਿਚੇਬੂਟਾ ਦੇ ਨਾਲ ਆਪਣਾ ਐਗਜ਼ਾਮ ਦੇ ਸਕਦਾ ਹੈ ਕਿ ਨਹੀਂ, ਕਿਉਂਕਿ ਜਿਹੜੀ ਜਨਰਲ ਲੋਅ ਹੈ ਜਿੱਦਾਂ ਅਸੀਂ ਵੇਖ ਰਹੇ ਹਾਂ ਕਿ ਇਹਦੇ ਵਿੱਚ ਤਾਂ ਅਲਾਓ ਕੀਤਾ ਜਾਂਦਾ ਹੈ ਕਿ ਤੁਸੀਂ ਕਰ ਸਕਦੇ ਹੈਗੇ ਹਾਂ।
ਪਰ ਜ਼ਰੂਰੀ ਨਹੀਂ ਹੈ, ਕਿਉਂਕਿ ਇਹਦੇ 'ਤੇ ਉਹਨਾਂ ਨੇ ਲਿਖਿਆ ਹੋਇਆ ਹੈਗਾ ਕਿ ਕਰ ਸਕਦੇ ਵੀ ਨਿਸੀ ਭੁਆ ਅੱਛੇ ਤਾਰੇ ਜਿਵੇਂ ਨਹੀਂ ਕਰ ਸਕਦੇ ਹੈਗੇ। ਸੋ ਇਹ ਡਿਪੈਂਡ ਕਰਦਾ ਹੈਗਾ। ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਸੋ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਨੇ, ਕਿਉਂਕਿ ਓਬਵੀਅਸਲੀ ਸੈਟਰਡੇ ਸੰਡੇ ਅਸੀਂ ਵੀ ਬਿਜ਼ੀ ਹੋਵਾਂਗੇ। ਸੋ ਇਸ ਕਰਕੇ ਸਾਡੀਆਂ ਵਿਸ਼ਿਜ਼, ਬੈਸਟ ਵਿਸ਼ਿਜ਼ ਤੁਹਾਡੇ ਸਾਰਿਆਂ ਨੂੰ ਐਡਵਾਂਸ ਵਿੱਚ ਹੀ ਦੇ ਰਹੇ ਹਾਂ। ਜੇਕਰ ਤੁਹਾਨੂੰ ਨਹੀਂ ਪਤਾ ਹੈਗਾ, ਸਾਡੀ ਦੀਵਾਲੀ ਪ੍ਰਮੋਸ਼ਨ ਦੌਰਾਨ ਹੈ ਔਰ ਇਹ 31 ਅਕਤੂਬਰ ਤੱਕ ਚੱਲੇ ਜਾਏਗੀ, ਅਤੇ ਤੁਸੀਂ ਔਨਲਾਈਨ ਪੇਮੈਂਟ ਦੇ ਵਿੱਚ ਤੁਸੀਂ 20% ਔਫ ਲੈ ਸਕਦੇ ਹੈਗੇ ਹਾਂ ਦੀਵਾਲੀ 2019 ਕੋਡ ਦੇ ਨਾਲ। ਸੋ ਇਹ ਸਾਰਾ ਕੁਝ ਹੀ ਸਾਡੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਗਿਆ ਹੈਗਾ। ਸੋ ਤੁਸੀਂ ਜਾ ਕੇ ਜੇਕਰ ਤੁਸੀਂ ਲਾਇਸੈਂਸ ਕਰਨਾ ਚਾਹੁੰਦੇ ਹੈਗੇ ਹਾਂ ਤਾਂ ਤੁਸੀਂ ਇਹ ਐਡਵਾਂਟੇਜ ਲੈ ਸਕਦੇ ਹੈਗੇ ਹਾਂ। ਜਿਹੜਾ ਡਿਸਕਾਊਂਟ ਹੈ ਇਹ ਕਾਰਤਾ ਦੀ ਸੁਜੋਰਨੋ ਦੇ ਲੈਂਗੁਏਜ ਕੋਰਸ 'ਤੇ ਵੀ ਵੈਲਿਡ ਹੈ, ਅਤੇ ਸੋ ਉਸਦੇ ਵਾਸਤੇ ਵੀ ਤਕਰੀਬਨ ਜਿਹੜਾ ਕੋਸਟ ਹੈ ਤੁਹਾਨੂੰ 20 ਯੂਰੋ ਡਿਸਕਾਊਂਟ ਮਿਲ ਜਾਏਗੀ। ਅਤੇ ਬਾਕੀ ਜਿੱਦਾਂ ਤੁਹਾਨੂੰ ਪਤਾ ਹੀ ਹੈਗਾ, ਸਕਾਈਪ ਲਈ ਕੋਰਸਿਸ ਔਨ ਹੈ, ਅਸੀਂ ਮੋਰਨਿੰਗ ਬੁਕਿੰਗ ਕਰ ਰਹੇ ਹੈਗੇ ਹਾਂ। ਸੋ ਤੁਸੀਂ ਇਸਦੇ ਵਾਸਤੇ ਜਿਹੜਾ ਸਾਡਾ ਫੋਨ ਨੰਬਰ ਹੈ ਅਤੇ ਕਾਲ ਕਰਕੇ ਆਪਣੀ ਬੁਕਿੰਗ ਕਰ ਸਕਦੇ ਹਾਂ। ਈਵਨਿੰਗ ਕਲਾਸ ਤਾਂ ਆਲਰੇਡੀ ਬੰਦ ਹੋ ਚੁੱਕੀ ਹੈਗੀ, ਇਸ ਦੇ ਵਿੱਚ ਅਸੀਂ ਕੋਈ ਵੀ ਨਵੇਂ ਸਟੂਡੈਂਟਸ ਨਹੀਂ ਐਡ ਕਰਾਂਗੇ, ਪਰ ਮੋਰਨਿੰਗ ਟਾਈਮ ਜਿਹੜਾ ਉਹ ਅਵੇਲੇਬਲ ਹੈ। ਸੋ ਤੁਸੀਂ ਇਸ ਦੇ ਵਿੱਚ ਜੇਕਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੈਗੇ ਹਾਂ। ਇਸ ਦੇ ਵਿੱਚ ਜਿਹੜਾ ਕੁਐਸਚਨ ਸਟੂਡੈਂਟਸ ਪੁੱਛਦੇ ਆ ਕਿ ਔਨਲਾਈਨ ਜਾਂ ਸਕਾਈਪ ਵਧੀਆ ਹੈਗਾ, ਸੋ ਇਹਦੇ ਵਿੱਚ ਵੀ ਅਸੀਂ ਤੁਹਾਨੂੰ 2 ਮਿੰਟਾਂ ਦੇ ਵਿੱਚ ਡਿਫਰੈਂਸ ਸਮਝਾ ਦਿੰਦੇ ਹੈਗੇ ਹਾਂ। ਸੋ ਸਾਨੂੰ ਵੀ ਅਸੀਂ ਵੀ ਜਾਣਦੇ ਹਾਂ ਕਿ ਯੂਟਿਊਬ 'ਤੇ ਕਾਫੀ ਸਾਰੀਆਂ ਫ੍ਰੀ ਕਲਾਸਿਸ ਹੈ ਔਰ ਅਸੀਂ ਵੈਲਕਮ ਕਰਦੇ ਹਾਂ, ਬਹੁਤ ਵਧੀਆ ਕਿ ਕੋਈ ਵੀ ਬੰਦਾ ਆਪਣੀ ਜਿਹੜੀ ਨੌਲੇਜ ਆ ਜੇਕਰ ਕਿਸੇ ਦੇ ਨਾਲ ਸ਼ੇਅਰ ਕਰਦਾ ਹੈਗਾ, ਉਹ ਬਹੁਤ ਹੀ ਅਨਮੋਲ ਔਰ ਕੀਮਤੀ ਚੀਜ਼ ਹੈ। ਸੋ ਤੁਸੀਂ ਉਹਨਾਂ ਦੇ ਥਰੂ ਵੀ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਕਰ ਸਕਦੇ ਹੈਗੇ ਹਾਂ, ਕਿਉਂਕਿ ਉਹ ਵੀ ਚੰਗੀ ਤਰ੍ਹਾਂ ਵੀਡੀਓਜ਼ ਬਣਾਏ ਗਏ ਨੇ। ਜਿਹੜਾ ਸਾਡਾ ਸਟਰਕਚਰ ਹੈ ਥੋੜ੍ਹਾ ਡਿਫਰੈਂਟ ਹੈ। ਸੋ ਸਾਡਾ ਜਿਹੜਾ ਸਟਰਕਚਰ ਹੈਗਾ ਔਨਲਾਈਨ ਕੋਰਸਿਸ ਦੇ ਵਿੱਚ, ਉਹਦੇ ਵਿੱਚ ਤੁਹਾਨੂੰ ਪ੍ਰੋਪਰ ਮਤਲਬ ਕਿ ਜਿੱਦਾਂ ਇੱਕ ਤੁਹਾਡਾ ਸਟੱਡੀ ਪੈਥ ਬਣਾਇਆ ਹੋਇਆ, ਮਤਲਬ ਕਿ ਤੁਸੀਂ ਆਪਣੇ ਆਪ ਨੂੰ ਵੈਰੀਫਾਈ ਔਰ ਚੈੱਕਅਪ ਕਰਦੇ ਰਹਿੰਦੇ ਕਿ ਮੇਰੀ ਤਿਆਰੀ ਕਿਸ ਤਰ੍ਹਾਂ ਜਾ ਰਹੀ ਹੈਗੀ, ਮੈਂ ਸਹੀ ਕਰਦੇ ਹਾਂ ਕਿ ਨਹੀਂ, ਕਿਉਂਕਿ ਉਹਦੇ ਨਾਲ ਅਸੀਂ ਤੁਹਾਨੂੰ ਮਲਟੀ ਕੁਇਜ਼ ਐਪ ਵੀ ਦਿੰਦੇ ਹਾਂ ਜਿਸ ਦੇ ਵਿੱਚ ਸਾਰੇ ਹੀ ਕੁਇਜ਼ ਸਾਨੂੰ ਇਟਾਲੀਅਨ ਤੋਂ ਇਲਾਵਾ ਪੰਜਾਬੀ 'ਚ ਔਰ ਹਿੰਦੀ 'ਚ ਔਰ ਉਰਦੂ 'ਚ ਔਰ ਇੰਗਲਿਸ਼ 'ਚ ਨਾਲ ਲਿਖੇ ਹੁੰਦੇ ਹੈਗੇ ਆ। ਸੋ ਸਾਡੇ ਔਨਲਾਈਨ ਕੋਰਸਿਸ ਦਾ ਮਤਲਬ ਇਹ ਕਿ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਸੈਸ ਜੁਆਇਨ ਕਰਦੇ ਹੋ ਜਿਹਦੇ ਵਿੱਚ ਤੁਹਾਡੀ ਨਾਲੋਂ ਨਾਲ ਫੋਲੋ ਅਪ ਵੀ ਕੀਤੀ ਜਾ ਸਕਦੀ ਹੈਗੀ, ਤੁਸੀਂ ਆਪਣੀ ਜਿਹੜੀ ਪ੍ਰੋਗਰੈਸ ਹੈ ਚੈੱਕਆਊਟ ਕਰ ਸਕਦੇ ਹੈਗੇ ਆ। ਅਤੇ ਔਨਲਾਈਨ ਕੋਰਸਿਸ ਕਿਹਨਾਂ ਨੂੰ ਸੂਟ ਕਰਦਾ ਹੈਗਾ? ਔਨਲਾਈਨ ਕੋਰਸ ਉਹਨਾਂ ਨੂੰ ਸੂਟ ਕਰਦਾ ਜਿਨ੍ਹਾਂ ਦੇ ਕੋਲ ਟਾਈਮ ਦੀ ਕਮੀ ਹੈ, ਸਕੂਲ 'ਚ ਨਹੀਂ ਜਾ ਸਕਦੇ ਹੈਗੇ। ਸੋ ਉਹਨਾਂ ਨੂੰ ਫਲੈਕਸੀਬਿਲਿਟੀ ਚਾਹੀਦੀ ਹੈ ਕਿ ਜਦੋਂ ਵੀ ਮੈਂ ਫ੍ਰੀ ਹੋਵਾਂ ਮੈਂ ਆਪਣੇ ਯੂਜ਼ਰ ਆਈ ਡੀ ਔਰ ਪਾਸਵਰਡ ਦੇ ਨਾਲ ਆਪਣਾ ਜਿਹੜਾ ਕੋਰਸ ਹੈ ਘਰੇ ਕਰ ਸਕਾਂ, ਔਰ ਮੈਨੂੰ ਇਸ ਤਰ੍ਹਾਂ ਇੰਨਾ ਸਟ੍ਰੈਸ ਨਾ ਹੋਵੇ ਕਿ ਮੈਂ ਸਕੂਲ 'ਚ ਜਾ ਕੇ ਪੜ੍ਹਨਾ ਹੈਗਾ, ਮੈਨੂੰ ਲੈਂਗੁਏਜ ਨਹੀਂ ਸਮਝ ਆਉਂਦੀ ਹੈਗੀ। ਸੋ ਜਿਹੜਾ ਔਨਲਾਈਨ ਪ੍ਰੋਸੈਸ ਹੈ ਕਾਫੀ ਸਟ੍ਰੈਸ ਫ੍ਰੀ ਹੈ, ਤੁਹਾਡਾ ਟਾਈਮ ਵੀ ਬਚ ਜਾਂਦਾ ਹੈਗਾ ਔਰ ਤੁਸੀਂ ਐਫੀਸ਼ੈਂਟਲੀ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਪੜ੍ਹਾਈ ਆ ਉਹਨੂੰ ਕਰ ਸਕਦੇ ਹੈਗੇ ਆ। ਜਿਹੜਾ ਸਕਾਈਪ ਦਾ ਪ੍ਰੋਸੈਸ ਹੈ, ਸਕਾਈਪ ਉਹਨਾਂ ਸਟੂਡੈਂਟ ਵਾਸਤੇ ਹੈ ਜਿਹੜੇ ਕਿ ਥੋੜ੍ਹੇ ਉਹਨਾਂ ਨੂੰ ਕੌਨਫੀਡੈਂਸ ਦੀ ਆਪਣੇ ਆਪ 'ਚ ਕੌਨਫੀਡੈਂਸ ਨਹੀਂ ਹੈ, ਮਤਲਬ ਕਿ ਉਹਨਾਂ ਨੂੰ ਲੈਂਗੁਏਜ ਤਾਂ ਆਉਂਦੀ ਹੈਗੀ ਹੈ ਪਰ ਕਿਉਂਕਿ ਇਹ ਇੱਕ ਨਵੀਂ ਚੀਜ਼ ਹੈ ਲਾਇਸੈਂਸ ਦੀ ਥਿਊਰੀ ਕਰਨਾ, ਉਹਨਾਂ ਨੂੰ ਟੈਕਨੀਕਲ ਲੈਂਗੁਏਜ ਬਾਰੇ ਨਹੀਂ ਪਤਾ ਜਾਂ ਉਹਨਾਂ ਨੂੰ ਪੂਰਾ ਹੀ ਜਿਹੜਾ ਪ੍ਰੋਸੈਸ ਹੈ ਲਾਇਸੈਂਸ ਦਾ ਉਹਦੇ ਬਾਰੇ ਨਹੀਂ ਪਤਾ, ਸੋ ਉਸ ਕੇਸ ਦੇ ਵਿੱਚ ਉਹ ਸਕਾਈਪ ਦੀਆਂ ਕਲਾਸਿਸ ਜੁਆਇਨ ਕਰਦੇ ਹੈਗੇ, ਕਿਉਂਕਿ ਉਹਦੇ ਵਿੱਚ ਕੀ ਹੈ 1-to-1 ਕੋਚਿੰਗ ਹੈ, ਜਿਹੜਾ ਟੀਚਰ ਹੈ ਤੁਹਾਨੂੰ ਪਰਸਨਲੀ ਸਭ ਕੁਝ ਚੀਜ਼ਾਂ ਸਮਝਾਉਂਦਾ ਹੈਗਾ। ਜੇਕਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਪੁੱਛ ਸਕਦੇ ਹੈਗੇ ਹਾਂ, ਔਰ ਪਲੱਸ ਔਰ ਕੀ ਹੁੰਦਾ ਹੈਗਾ, ਅਸੀਂ ਵੀਕਲੀ ਉਹਦੇ ਵਿੱਚ ਟੈਸਟ ਪਲੈਨ ਕੀਤੇ ਹੋਏ ਆ। ਸੋ ਜਿੱਦਾਂ ਜਿੱਦਾਂ ਸਾਡੇ ਚੈਪਟਰਸ ਖਤਮ ਹੁੰਦੇ ਨੇ ਅਸੀਂ ਉਸੇ ਹਿਸਾਬ ਦੇ ਨਾਲ ਤੁਹਾਡਾ ਟੈਸਟ ਤੇ ਕਰਦੇ ਹਾਂ, ਦੇਖਣ ਵਾਸਤੇ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਚੈਪਟਰ ਨੰਬਰ 1 'ਤੇ ਉਹ ਕਿਹੋ ਜਿਹੀ ਹੈ। ਅਤੇ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਡਿਫਰੈਂਟ ਹੈ। ਸੋ ਜਦੋਂ ਤੁਸੀਂ ਆਉਂਦੇ ਹੈ ਕਿ ਮੈਂ ਆਪਣੀ ਲਾਇਸੈਂਸ ਦੀ ਪੜ੍ਹਾਈ ਕਰਨਾ ਚਾਹੁੰਦਾ ਹੈਗਾ, ਜਿਹੜੇ ਤੁਸੀਂ ਦੋਨੋਂ ਸਵਾਲ ਆਪਣੇ ਆਪ ਨੂੰ ਪੁੱਛ ਸਕਦੇ ਹੈਗੇ ਆ ਬਿਹਤਰ ਚੂਜ਼ ਕਰਨੇ ਵਾਸਤੇ, ਉਹ ਇਹ ਹੈ ਕਿ ਮੈਨੂੰ ਟਾਈਮ ਅਵੇਲੇਬਿਲਿਟੀ ਚਾਹੀਦੀ, ਮਤਲਬ ਮੈਨੂੰ ਇਸ ਤਰ੍ਹਾਂ ਦਾ ਕੋਰਸ ਚਾਹੀਦਾ ਜਿਹੜਾ 24 ਘੰਟੇ ਓਪਨ ਹੋਵੇ, ਜਾਂ ਮੈਨੂੰ ਕੌਨਫੀਡੈਂਸ ਨਹੀਂ ਹੈਗਾ। ਸੋ ਇਹ ਦੋਨੋਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਹੜਾ ਕੋਰਸ ਕਰ ਸਕਦੇ ਹੋ, ਕਿਹੜਾ ਤੁਹਾਡੇ ਵਾਸਤੇ ਬੈਸਟ ਹੈ। ਓਬਵੀਅਸਲੀ ਸਕਾਈਪ ਕੋਰਸਿਸ 'ਤੇ ਔਰ ਔਨਲਾਈਨ ਕੋਰਸਿਸ ਦੀਆਂ ਡੈਮੋ ਕਲਾਸਿਸ ਹੈ,
ਔਨਲਾਈਨ ਕੋਰਸਿਸ ਦੇ ਕਾਫੀ ਫਰੀ ਪਾਰਟਸ ਵੀ ਹੈਗੇ ਜਿਹੜੇ ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੈਗੇ ਆ। ਸਕਾਈਪ ਕੋਰਸਿਸ ਅਸੀਂ ਨੋਰਮਲੀ ਇੱਕ ਦੋ ਵਾਰ ਹਫ਼ਤੇ ਦੇ ਵਿੱਚ ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਤਿਆਰੀ ਦੇ ਦੌਰਾਨ ਲਾਈਵ ਹੁੰਦੇ ਹਾਂ, ਸੋ ਤੁਸੀਂ ਚੈੱਕ ਕਰ ਸਕਦੇ ਹੈਗੇ ਕਿ ਜਿਹੜਾ ਸਾਡਾ ਮੈਥਡ ਹੈ ਇਹ ਤੁਹਾਨੂੰ ਸੂਟ ਕਰ ਸਕਦਾ ਹੈ ਕਿ ਨਹੀਂ। ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਹੈਪੀ ਦੀਵਾਲੀ, ਔਰ ਅਸੀਂ ਫਿਰ ਅਗਲੇ ਹਫ਼ਤੇ ਕੋਈ ਨਵੀਂ ਵੀਡੀਓ ਕੋਈ ਨਵੀਂ ਨਿਊਜ਼ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।